ਦੇ ਅੰਦਰ ਤੋਪਖਾਨੇ ਦੇ ਕੋਲ ਸਥਿਤ ਲੱਕੜ ਦੇ ਸ਼ੈੱਡ 'ਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਕੈਂਟ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਦੇਰ ਰਾਤ ਫਾਇਰ ਵਿਭਾਗ ਦੀ ਟੀਮ ਅੱਗ ਤੇ ਕਾਬੂ ਪਾਉਣ 'ਚ ਲੱਗੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਭਿਆਨਕ ਹੋਣ ਕਾਰਨ ਸਵੇਰ ਤੱਕ ਬੁਝਾਈ ਨਹੀਂ ਜਾ ਸਕੀ ਸੀ। ਇਸ ਘਟਨਾ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 40 ਤੋਂ 50 ਗੱਡੀਆਂ ਨੇ ਪਾਣੀ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਹੈ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਵਨੀਸ਼ ਹੁੰਦੀ ਹੈ ਜੀ। ਸਫ਼ਰ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਜਿਹੜੀ ਅੱਗ ਦਾ ਪਤਾ ਲੱਗਿਆ? ਸਾਨੂੰ 1:30 ਵਜੇ ਕੰਟਰੋਲ ਰੂਮ ਦੇ ਵਿੱਚ ਕਾਲ ਆਈ ਹੈ ਕਿ ਆਰਮੀ ਦੇ ਗਡਾਊਨ ਦੇ ਉੱਤੇ ਲੱਕੜਾਂ ਦੇ ਗਡਾਊਨ ਦੇ ਵਿੱਚ ਅੱਗ ਲੱਗੀ ਹੈ। ਉਸੇ ਵੇਲੇ ਤੁਰੰਤ ਅਸੀਂ ਗੱਡੀਆਂ ਟਰਨ ਆਊਟ ਕਰਕੇ ਅਤੇ ਅੱਗ 'ਤੇ ਕੰਟਰੋਲ ਪਾਉਣਾ ਸ਼ੁਰੂ ਕਰਤਾ ਜੀ। ਅੱਗ ਦਾ ਕਾਰਨ ਪਤਾ ਲੱਗਿਆ? ਅੱਗ ਦਾ ਕਾਰਨ ਹਾਲ ਫਿਲਹਾਲ ਪਤਾ ਲੱਗ ਨਹੀਂ ਸਕਿਆ ਸਾਨੂੰ ਜੀ। ਉਸ ਗਡਾਊਨ ਦੇ ਵਿੱਚ ਕੀ ਕੀ ਸਮਾਨ ਸੀ? ਉਸ ਗਡਾਊਨ ਦੇ ਵਿੱਚ ਲੱਕੜਾਂ ਦੀ ਸਟੋਰੇਜ ਸੀਗੀ ਇਹਨਾਂ ਦੀ ਆਰਮੀ ਦੇ ਜੀ, ਅਤੇ ਉਹਨੂੰ ਅੱਗ ਲੱਗੀ ਹੋਈ ਸੀ। ਜਾਨੀ ਨੁਕਸਾਨ ਤਾਂ ਨਹੀਂ? ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਇਸ ਬਾਰੇ ਅਫਸਰਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ? ਉਹਨਾਂ ਦੇ ਆਰਮੀ ਦੇ ਅਫਸਰ ਨਾਈਟ ਨਾਲ ਸਾਡੇ ਖੜੇ ਰਹੇ ਆ ਉੱਥੇ, ਅੱਗ 'ਤੇ ਕੰਟਰੋਲ ਵੀ ਜਦੋਂ ਪਾਉਂਦੇ ਰਹੇ ਉਦੋਂ ਵੀ ਨਾਲ ਉਹਨਾਂ ਰਾਬਤਾ ਹੁੰਦਾ ਰਿਹਾ। ਕੋਈ ਕਾਰਨ ਨਹੀਂ ਪਤਾ ਲੱਗਿਆ? ਕਾਰਨ ਹਾਲ ਫਿਲਹਾਲ ਹਾਲੇ ਨਹੀਂ। ਕਿੰਨੀਆਂ ਗੱਡੀਆਂ ਲੱਗ ਚੁੱਕੀਆਂ? 40 ਤੋਂ 50 ਦੇ ਵਿੱਚ ਗੱਡੀਆਂ ਲੱਗ ਗਈਆਂ। ਅੱਗ ਨੂੰ ਕਾਬੂ ਪਾ ਲਿਆ? ਅੱਗ ਨੂੰ ਕਾਬੂ ਪਾ ਲਿਆ ਗਿਆ।